ਮੱਥੇ ਨਹੀਂ ਯਾਰ ਉਹਨੂੰ ਹੁਣ ਭੂਆ ਨੂੰ ਮਾੜਾ ਮਾੜਾ ਸਮਝਾ ਉਹਨੂੰ ਕਹਿ ਬਈ ਹੁਣ ਮੇਰੇ ਦੋਸਤ ਵੀ ਪਰੇਸ਼ਾਨ ਨੇ ਤੇ ਉਹ ਹੁਣ ਜ਼ਿਆਦਾ ਕਈ ਕਰੀ ਜਾਂਦਾ ਹੁਣ ਉਹ ਤੇਰੀ ਭੂਆ ਨੇ ਸਾਡੀ ਸੁਣੀ ਹੁੰਦੀ ਉਹਨੇ ਭੱਜ ਕੇ ਵਿਆਹ ਕਰਾਣਾ ਇਹੋ ਜਿਹਾ ਫੁੱਪੜ ਲੈ ਕੇ ਆਣਾ ਸੀਗਾ ਸ਼ਰਾਬੀ ਜਿਹਾ ਹੁਣ ਤਾਂ ਹੱਲ ਤਾਂ ਕਰ ਰਿਹਾ ਪੈਣਾ ਵੀਰੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਫੁੱਫੜ ਕੌਣ ਹੁੰਦੇ ਆ ਜਿਹੜੇ ਜੀਜੇ ਪੁਰਾਣੇ ਹੋ ਜਾਂਦੇ ਫੁੱਫੜ ਬਣ ਜਾਂਦੇ ਆ ਇਹਦਾ ਹੁਣ ਹੱਲ ਕਰਨਾ ਪੈਣਾ ਨਹੀਂ ਤਾਂ ਤੁਹਾਨੂੰ ਪਤਾ ਕਿ ਵਿਆਹ ਖਰਾਬ ਹੋਊਗਾ ਇਦਾਂ ਕਰੋ ਫੁੱਫੜ ਨੂੰ ਦੇ ਦਿਓ ਨੀਂਦ ਦੀਆਂ ਗੋਲੀਆਂ ਫੁੱਫੜ ਵੀ ਸੈੱਟ ਤੁਸੀਂ ਵੀ ਸੈੱਟ ਸਹੀ ਆ ਸੁਭਾਅ ਦਾ ਰਿਹਾ ਮੈਂ ਪਿੱਛੇ ਪਿੱਛੇ ਹਟਦਾ ਰਿਹਾ ਪਹਿਲਾਂ ਵੀ ਕੰਪੀਟੀਸ਼ਨ ਵੀ ਕਦੇ ਮੈਂ ਇੰਨੇ ਲੜੇ ਨਹੀਂ ਹੈਗੇ ਤੇ ਉਦੋਂ ਵੀ ਪਿੱਛੇ ਪਿੱਛੇ ਰਹਿਣਾ ਪਿੱਛੇ ਪਿੱਛੇ ਰਹਿਣਾ ਕਲਾਸ 'ਚ ਵੀ ਬੈਕ ਬੈਂਚਰ ਕਲਾਸ 'ਚ ਵੀ ਪਿੱਛੇ ਪਿੱਛੇ ਰਹਿਣਾ ਫੈਮਿਲੀ 'ਚ ਵੀ ਕਿਉਂਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਆ ਤੇ ਉਹਨਾਂ ਨੂੰ ਵੀ ਇੰਨਾ ਕੋਈ ਬਾਹਲਾ ਨਹੀਂ ਹੈਗਾ ਸਾਡਾ ਮੁੰਡਾ ਗਾਉਣ ਲੱਗ ਜੇ ਕਦੇ ਬ੍ਰੇਕਅਪ ਕਰਕੇ ਦਿਲ ਟੁੱਟਿਆ ਨਹੀਂ ਬ੍ਰੇਕਅਪ ਕਰਕੇ ਤਾਂ ਮੈਨੂੰ ਲੱਗਦਾ ਕਿ ਕਦੇ ਨੌਬਜ਼ ਨਹੀਂ ਆਈ ਤੇ ਹਜੇ ਸਭ ਕੁਛ ਸਹੀ ਆ ਸਿਤਾਰਿਆਂ ਨਾਲ ਗੱਲਬਾਤ ਤੇ ਅੱਜ ਜੋ ਸਾਡੇ ਵਿੱਚ ਸਿਤਾਰੇ ਨੇ ਨਾ ਉਹ ਬੜੇ ਹੀ ਖਾਸ ਨੇ ਉਹਨਾਂ ਦੇ ਲਈ ਇੱਕ ਖਾਸ ਜੀ ਸ਼ਾਇਰੀ ਅਲੱਗ ਆਵਾਜ਼ ਅਲੱਗ ਹੀ ਗੀਤ ਸ਼ਾਇਦ ਘੱਟ ਰਹਿ ਜਾਵੇਗੀ ਉਹਨਾਂ ਦੀ ਜਿੰਨੀ ਕਰੀਏ ਤਾਰੀਫ ਸਾਡੇ ਨਾਲ ਸੱਜਣ ਅਦੀਪ ਭਾਜੀ ਵੈਲਕਮ ਟੂ ਦਾ ਸ਼ੋਅ ਸਿਤਾਰਿਆਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਤਿ ਸ਼੍ਰੀ ਅਕਾਲ ਅੱਛਾ ਭਾਜੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾ ਇੰਟਰਵਿਊ ਨੂੰ ਕਿਸੇ ਲੇਖੇ ਲਾ ਦਿਓ ਇਸ਼ਕਾਂ ਦੇ ਲੇਖੇ ਗੀਤ ਨਾਲ ਸਹੀ ਆ ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆ ਹੁੰਜੀ ਜੀ ਜੋਬਨ ਦੀ ਉਮਰ ਬੀਤ ਗਈ ਦਿਲ ਬਰਨੇ ਮੰਦੇ ਜੀ ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ ਜ਼ੁਲਫਾਂ ਦੇ ਫੰਦੇ ਜੀ ਜ਼ੁਲਫਾਂ ਦੇ ਫੰਦੇ ਜੀ ਕੀ ਬਾਤ ਹੈ ਭਾਈ ਕੀ ਬਾਤ ਹੈ ਬਹੁਤ ਸੋਹਣਾ ਅੱਛਾ ਭਾਜੀ ਸਭ ਤੋਂ ਪਹਿਲਾਂ ਨਾ ਆਪਾਂ ਸ਼ੁਰੂਆਤ ਕਰਾਂਗੇ ਤੁਹਾਡੇ ਨਾਮ ਦੇ ਨਾਲ ਜਿਹੜਾ ਤੁਹਾਡਾ ਨਾਮ ਹੈ ਨਾ ਸੱਜਣ ਅਦੀਬ ਉਹ ਸਭ ਤੋਂ ਹੀ ਵੱਖਰਾ ਹੈ ਨਾਮ ਤੁਹਾਡਾ ਹੈਨਾ ਇਹ ਅਦੀਬ ਨਾਮ ਕਿੱਥੋਂ ਪਿਆ ਅਦੀਬ ਦਾ ਮਤਲਬ ਹੈਗਾ ਜਿਵੇਂ ਅਦਬ ਅਦੀਬ ਅਦਬ ਤੋਂ ਆਇਆ ਉਰਦੂ ਚ ਸਾਹਿਤ ਨੂੰ ਅਦਬ ਕਹਿੰਦੇ ਆ ਜੀ ਤੇ ਉੱਥੋਂ ਮੈਂ ਇੱਕ ਤਖੱਲਸ ਆਪਣੇ ਨਾਮ ਨਾਲ ਜੋੜਿਆ ਅਦਰਵਾਈਜ਼ ਮੇਰਾ ਨਾਮ ਸੱਜਣ ਸਿੰਘ ਆ ਜਿਹੜਾ ਸਰਟੀਫਿਕੇਟ ਨਾਮ ਆ ਫੈਮਿਲੀ ਨੇਮ ਆ ਤੇ ਤਖੱਲਸ ਜੋੜਨ ਲਈ ਅਦੀਬ ਆਇਆ ਤੇ ਅਦੀਬ ਦਾ ਜੇ ਆਪਾਂ ਮੋਟਾ ਮੋਟਾ ਮੀਨਿੰਗ ਕਰ ਲਈਏ ਕਿ ਰਾਈਟਰ ਸਾਹਿਤਕਾਰ ਤੇ ਸੱਜਣ ਸਾਹਿਤਕਾਰ ਸੱਜਣ ਰਾਈਟਰ ਇਦਾਂ ਦਾ ਕੁਛ ਮਤਲਬ ਅੱਛਾ ਅੱਛਾ ਭਾਜੀ ਸੱਜਣ ਹੈ ਨਾ ਜਦੋਂ ਕੋਈ ਕੁੜੀ ਤੁਹਾਨੂੰ ਆਵਾਜ਼ ਮਾਰਦੀ ਹੋਣੀ ਓਏ ਸੱਜਣ ਸੱਜਣ ਕਿੰਨੀ ਵਾਰੀ ਫੀਲਿੰਗ ਚੱਕੀ ਨਹੀਂ ਪਰ ਜਦੋਂ ਤੁਸੀਂ ਵਾਰ ਵਾਰ ਇੱਕੋ ਹੀ ਚੀਜ਼ ਸੁਣਦੇ ਰਹਿੰਦੇ ਹੋ ਮਾਨ ਸਾਹਿਬ ਦੇ ਗਾਣੇ ਸੀਗੇ ਸੱਜਣਾ ਵੇ ਸੱਜਣਾ ਤੇ ਸ਼ਹਿਰ ਵਾਲੇ ਸਾਨੂੰ ਬੜੀ ਚੰਗੀ ਲੱਗਦੀ ਦੁਪਹਿਰ ਹਨ ਤਾਂ ਉਹ ਚੀਜ਼ਾਂ ਸੁਣ ਸੁਣ ਕੇ ਤੁਹਾਡੇ ਮਾਇੰਡ 'ਚ ਕਿਤੇ ਨਾ ਕਿਤੇ ਉਹ ਚੀਜ਼ ਕਾਮਨ ਹੋ ਜਾਂਦੀ ਆ ਤਾਂ ਕਦੇ ਇੱਦਾਂ ਦੀ ਮਹਿਸੂਸ ਨਹੀਂ ਹੋਇਆ ਬਟ ਇਹ ਜ਼ਰੂਰ ਆ ਕਿ ਮੇਰਾ ਨਾਮ ਥੋੜ੍ਹਾ ਜਿਹਾ ਵੱਖਰਾ ਹੋਣ ਕਰਕੇ ਟੀਚਰਸ ਨੂੰ ਬੜੀ ਛੇਤੀ ਯਾਦ ਹੋ ਜਾਂਦਾ ਸੀ ਕਿਉਂਕਿ ਗਾਣਿਆਂ ਵਿੱਚ ਆਲਰੇਡੀ ਸੀਗਾ ਸੱਜਣ ਦਾ ਮਤਲਬ ਪਿਆਰਾ ਤਾਂ ਕਈ ਵਾਰ ਹੁੰਦੇ ਆ ਨਾਂ ਥੋੜ੍ਹੇ ਡਿਫੀਕਲਟ ਹੁੰਦੇ ਆ ਹੈ ਨਾ ਤਾਂ ਯਾਦ ਨਹੀਂ ਰਹਿੰਦੇ ਤਾਂ ਮੇਰੀ ਇਹ ਖੁਸ਼ਕਿਸਮਤੀ ਵੀ ਰਹੀ ਆ ਪਹਿਲਾਂ ਮੈਨੂੰ ਆਪਣਾ ਨਾਮ ਥੋੜ੍ਹਾ ਚੰਗਾ ਨਹੀਂ ਲੱਗਦਾ ਸੀਗਾ ਅਤੇ ਹੁਣ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਕਿ ਤੁਹਾਡਾ ਕੈਚੀ ਨਾਮ ਆ ਤੁਹਾਡਾ ਯੂਨੀਕ ਨਾਮ ਤਾਂ ਮੈਨੂੰ ਵੀ ਲੱਗਦਾ ਕਿ ਠੀਕ ਹੈ ਅੱਛਾ ਨਹੀਂ ਮੈਂ ਪੁੱਛਿਆ ਸੀਗਾ ਕਿ ਕਿਸੇ ਕੁੜੀ ਦੇ ਕਹਿਣ ਦੇ ਉੱਤੇ ਕਦੇ ਤੁਸੀਂ ਫੀਲਿੰਗ ਨਹੀਂ ਸੱਜੀ ਓਏ ਸੱਜਣੇ ਪਤਾ ਨਹੀਂ ਮੈਨੂੰ ਯਾਦ ਨਹੀਂ ਹੈਗਾ ਮੈਨੂੰ ਲੱਗਦਾ ਅੱਛਾ ਭਾਜੀ ਚਲੋ ਨਾਮ ਤੋਂ ਆਪਾਂ ਹਟ ਕੇ ਜੇ ਗੱਲ ਕਰੀਏ ਨਾ ਤੁਹਾਡੀ ਸਮਾਈਲ ਦੀ ਤੁਹਾਡੀ ਸਮਾਈਲ ਭਾਜੀ ਇੰਨੀ ਕੁ ਸੋਹਣੀ ਆ ਨਾ ਕਦੇ ਕਿਸੇ ਟੂਥਪੇਸਟ ਨੇ ਉਹ ਨਹੀਂ ਦਿੱਤਾ ਤੁਹਾਨੂੰ ਆਫਰ ਕਿ ਤੁਹਾਨੂੰ ਆਪਣੀ ਐਡ 'ਚ ਲੈਣਾ ਵਾ ਨਹੀਂ ਸਮਾਈਲ ਕਰਕੇ ਤਾਂ ਦੇਖੋ ਨਹੀਂ ਮੈਨੂੰ ਵੀ ਬੜੇ ਟਾਈਮ ਬਾਅਦ ਪਤਾ ਲੱਗਿਆ ਕਿਉਂਕਿ ਜਦੋਂ ਕੰਪਲੀਮੈਂਟ ਮਿਲਣ ਲੱਗੇ ਆਵਾਜ਼ ਦੇ ਕਿਉਂਕਿ ਤੁਸੀਂ ਆਪਣੇ ਬਾਰੇ ਇੰਨਾ ਕੋਈ ਤਾਰੀਫ ਬਾਰੇ ਆਪਣੇ ਬਾਰੇ ਕਦੇ ਵੀ ਨਹੀਂ ਕੋਈ ਸੋਚਦਾ ਹੁੰਦਾ ਕਿ ਮੈਂ ਆਮ ਦਾ ਬੈਸਟ ਮੇਰੀ ਆਵਾਜ਼ ਮੈਂ ਤਾਂ ਪਤਾ ਨਹੀਂ ਕੀ ਹੋ ਗਿਆ ਜਦੋਂ ਤੁਹਾਨੂੰ ਲੋਕ ਕਹਿਣਾ ਸ਼ੁਰੂ ਕਰਦੇ ਆ ਤੁਸੀਂ ਤੁਹਾਨੂੰ ਤਾਂ ਹੀ ਬਿਲੀਵ ਹੁੰਦਾ ਜੀ ਤਾਂ ਮੈਨੂੰ ਜਦੋਂ ਮੈਂ ਇੰਡਸਟਰੀ ਵਿੱਚ ਆਇਆ ਤਾਂ ਪਹਿਲਾਂ ਮੈਨੂੰ ਕਾਲਜ 'ਚ ਜ਼ਰੂਰ ਕਹਿ ਦਿੰਦੇ ਕੰਪਲੀਮੈਂਟ ਮਿਲ ਜਾਂਦੇ ਵੀ ਸੱਜਣ ਦੀ ਤੇਰੀ ਸਮਾਈਲ ਸੋਹਣੀ ਆ ਹੈ ਨਾ ਤਾਂ ਮੈਂ ਇੰਨਾ ਗੌਰ ਨਹੀਂ ਕਰਦਾ ਸੀਗਾ ਮੈਂ ਚਲੋ ਵੈਸੇ ਕਹਿ ਦਿੱਤਾ ਹੋਣਾ ਯਾਰ ਯਾਰ ਦੋਸਤ ਆ ਮੇਰੇ ਨਾਲ ਰਹਿੰਦੇ ਆ ਮੈਨੂੰ ਵੀ ਮੋਹ ਪਿਆਰ ਆਪਣਾ ਹੈ ਨਾ ਅਤੇ ਪਰ ਜਦੋਂ ਸਾਰੇ ਜਦੋਂ ਵੀ ਗਾਣਿਆਂ ਵਿੱਚ ਸਮਾਈਲ ਆਈ ਤਾਂ ਸਾਰਿਆਂ ਨੇ ਕਹਿਣਾ ਸ਼ੁਰੂ ਕੀਤਾ ਆਵਾਜ਼ ਬਾਰੇ ਕਹਿਣਾ ਸ਼ੁਰੂ ਕੀਤਾ ਤਾਂ ਮੈਨੂੰ ਫੀਲ ਹੋਇਆ ਕਿ ਯਾਰ ਹਾਂ ਵਾਕਈ ਕੋਈ ਚੀਜ਼ ਰੱਬ ਨੇ ਦਿੱਤੀ ਆ
ਬਿਲਕੁਲ ਬਿਲਕੁਲ ਭਾਜੀ। ਅੱਛਾ ਭਾਜੀ, ਇਸ਼ਕਾਂ ਦੇ ਲੇਖੇ ਜਦੋਂ ਤੁਸੀਂ ਆਪਣੀ ਫੇਸਬੁੱਕ 'ਤੇ ਪਾਇਆ ਇੱਕ ਵਾਜੇ ਦੇ ਨਾਲ ਉਹ ਸਿਰਫ ਕਰਕੇ, ਤੁਸੀਂ ਸੋਚਿਆ ਸੀਗਾ ਕਿ ਇਹਨੂੰ ਇੰਨੇ ਮਿਲੀਅਨਸ ਜਾਊਗੇ? ਨਹੀਂ, ਕਿਉਂਕਿ ਅਸੀਂ ਯੂਨੀਵਰਸਿਟੀ ਪੜ੍ਹਦੇ ਸੀਗੇ ਅਤੇ ਕਿਉਂਕਿ ਉਹ ਇੱਕ ਕਿਤੇ ਨਾ ਕਿਤੇ ਸਾਹਿਤਕ ਗੀਤ ਸੀਗਾ, ਸਾਹਿਤਕ ਇਨ ਦਾ ਸੈਂਸ ਉਹਦੇ ਵਿੱਚ ਬੜੀਆਂ ਗਹਿਰਾਈ ਵਾਲੀਆਂ ਗੱਲਾਂ ਸੀਗੀਆਂ ਅਤੇ ਤੁਹਾਡੇ ਮਨ 'ਚ ਹਮੇਸ਼ਾ ਰਹਿੰਦਾ ਕਿ ਯਾਰ ਚੱਲ ਚੱਲ ਕੁਛ ਹੋਰ ਰਿਹਾ, ਇਹ ਸਾਡਾ ਗਾਣਾ ਕੁਛ ਹੋਰ ਰਿਹਾ। ਬਿਲਕੁਲ ਭਾਜੀ, ਤਾਂ ਮੈਂ ਸੱਚ ਦੱਸਦਾ ਅਤੇ ਮੈਂ ਉਹਦਾ ਸਿਰਫ ਯੂਟਿਊਬ 'ਤੇ ਤਾਂ ਮੈਨੂੰ ਅਸਾਨਾ ਸਾਡਾ ਕੋਈ ਚੈਨਲ ਲਾ ਹੈ ਨਹੀਂ ਸੀਗਾ, ਪਰ ਫੇਸਬੁੱਕ 'ਤੇ ਵੀ ਮੈਂ ਉਹਦਾ ਸਿਰਫ 5000 ਵਿਊ ਸੋਚੇ ਸੀ। ਓਕੇ, 5000 ਇਹਦੇ ਵਿਊ ਹੋ ਜਾਣ, ਐਡੀ ਸਾਡੀ ਇੰਨੀ ਕੁ ਇੱਛਾ ਸੀਗੀ ਅਤੇ 5000 ਵਿਊ ਸੋਚੇ ਸੀ ਉਹਦੇ। ਮੈਨੂੰ ਅੱਜ ਵੀ ਯਾਦ ਆ ਸੀ 13 ਫਰਵਰੀ 2016 'ਚ ਉਹ ਗਾਣਾ ਪਾਇਆ ਤਾਂ 5000 ਵਿਊ ਤਾਂ ਬੜੇ ਉਹ ਘੰਟੇ ਵਿੱਚ ਹੀ ਹੋ ਗਏ ਸੀਗੇ ਅਤੇ ਬਸ ਇੰਨੇ ਕੁ ਸੋਚੇ ਸੀ। ਮਿਲੀਅਨਸ ਅੱਜ ਉਹਦੇ 74 ਮਿਲੀਅਨ ਵਿਊ ਹੋਏ ਆ, ਤਾਂ ਇੰਨਾ ਤਾਂ ਮੈਂ ਕਦੇ ਵੀ ਨਹੀਂ ਸੋਚਿਆ ਸੀ, ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਦੇ ਕਿ ਇੰਨਾ ਵੱਡਾ ਅਸੀਂ ਗਾਣਾ ਬਣਾਤਾ ਜਾਂ ਐਡੀ ਵੱਡੀ ਕੰਪੋਜ਼ ਬਣਾਤੀ, ਇੱਦਾਂ ਦਾ ਕੁਛ ਬਣਾਤਾ ਤਾਂ ਮੈਂ ਸੋਚਿਆ ਨਹੀਂ ਸੀ, ਨਾ ਹੀ ਮੈਂ ਸੋਚਿਆ ਸੀ ਨਾ ਹੀ ਮਨਵਿੰਦਰ ਮਾਨ ਨੇ ਸੋਚਿਆ ਸੀਗਾ। ਤਾਂ ਅਸੀਂ ਸ਼ੁਰੂ ਤੋਂ ਗੀਤ ਬਣਾਉਂਦੇ ਆਏ ਹਾਂ, ਨੋਰਮਲੀ ਗੀਤ ਬਣਾਉਂਦੇ ਆਏ ਹਾਂ ਅਤੇ ਕਦੇ ਵੀ ਕੋਈ ਇੱਦਾਂ ਸੋਚ ਕੇ ਚੀਜ਼ ਨਹੀਂ ਬਣਾਈ ਬਈ ਇਹ ਤਾਂ ਜੀ ਇੰਨੇ ਮਿਲੀਅਨ ਗਾਣਾ ਬਣਾਉਣਾ ਸੀ, ਇੰਨਾ ਮਿਲੀਅਨ ਬਣਾਉਣਾ, ਤਾਂ ਬਸ ਨੋਰਮਲ ਗੀਤ ਬਣਾਏ ਨੇ ਹਮੇਸ਼ਾ, ਕੋਈ ਚੀਜ਼ ਚੱਲ ਜਾਂਦੀ ਹੈ। ਅੱਛਾ, ਮਤਲਬ ਕਿ ਆਹ ਚੀਜ਼ ਜਿਹੜੀ ਆ ਤੁਸੀਂ ਹੁਣ ਵੀ ਨਹੀਂ ਸੋਚਦੇ ਕਿ ਜੇ ਅਸੀਂ ਆਹ ਗਾਣਾ ਕਰ ਰਹੇ ਤਾਂ ਇਹਨੂੰ ਇੰਨੇ ਮਿਲੀਅਨਸ ਤਾਂ ਹੋਣੇ ਹੀ ਚਾਹੀਦੇ ਕਿਉਂਕਿ ਆਹ ਗੀਤ ਇੰਨਾ ਸੋਹਣਾ ਆ? ਤੁਹਾਡੇ ਮਨ 'ਚ ਕਿਤੇ ਨਾ ਕਿਤੇ ਚਲੋ ਆਸ ਤਾਂ ਹੁੰਦੀ ਆ ਵੀ ਇਹ ਚੀਜ਼ ਇੰਨੀ ਚੱਲ ਜੇ, ਹੈ ਨਾ, ਬਟ ਮੈਂ ਬਾਹਲੀ ਜ਼ਿਆਦਾ ਆਸ ਲੈ ਕੇ ਨਹੀਂ ਚੱਲਦਾ। ਮੈਨੂੰ ਲੱਗਦਾ ਕਿ ਇਹ ਚੀਜ਼ ਮੈਨੂੰ ਸੋਹਣੀ ਲੱਗਦੀ ਆ ਅਤੇ ਇਹ ਚੀਜ਼ ਵਧੀਆ ਰਹੂਗੀ ਅਤੇ ਜ਼ਿਆਦਾ ਵੱਡੀ ਆਸ ਨਹੀਂ ਲੈ ਕੇ ਚੱਲਦੇ ਕਿਉਂਕਿ ਫਿਰ ਬੰਦਾ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਹੈ ਨਾ। ਤਾਂ ਬਸ ਸੋਹਣੀ ਚੀਜ਼ ਬਣਾਉਣੇ ਆ, ਹਮੇਸ਼ਾ ਵਧੀਆ ਕੰਪੋਜ਼ ਹੋਵੇ, ਦਿਲ ਨੂੰ ਚੰਗੀ ਲੱਗਦੀ ਹੋਵੇ, ਆਪ ਅਸੀਂ ਰਿਪੀਟ 'ਤੇ ਸੁਣਦੇ ਹੋਈਏ, ਸੈਟਿਸਫੈਕਸ਼ਨ ਹੋਵੇ, ਬਸ ਇੰਨਾ ਕੀ। ਅੱਛਾ, ਕਿਤੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਰੇਡੀਓ ਇੰਡਸਟਰੀ ਦੇ ਵਿੱਚ ਜਦੋਂ ਗੀਤ ਜਾਂਦਾ, ਕਿਉਂਕਿ ਅਕਸਰ ਹੀ ਮੈਂ ਦੇਖਿਆ ਕਿ ਸਿੰਗਰ ਜਿਹੜੇ ਆ ਰੇਡੀਓ ਦੇ ਵਿੱਚ ਗੀਤ ਜਾਂਦਾ ਤਾਂ ਉਹਨਾਂ ਨੂੰ ਕਾਫੀ ਖੁਸ਼ੀ ਮਿਲਦੀ ਆ ਰੇਡੀਓ ਦੇ ਵਿੱਚ ਗੀਤ ਜਾਣ ਦੇ ਨਾਲ, ਤੁਹਾਨੂੰ ਲੱਗਦਾ ਹੈ ਕਿ ਹਾਂ ਹੁਣ ਆਹ ਗੀਤ ਹਿੱਟ ਹੋ ਗਿਆ? ਰੇਡੀਓਜ਼, ਕਿਉਂਕਿ ਅੱਜ ਕੱਲ੍ਹ ਜੇ ਪੈਮਾਨਾ ਮੰਨੀਏ ਤਾਂ ਯੂਟਿਊਬ ਤੋਂ ਵੱਡਾ ਪੈਮਾਨਾ, ਮੈਨੂੰ ਲੱਗਦਾ ਰੇਡੀਓਜ਼ ਸਾਰੇ ਟੀਵੀ ਚੈਨਲ ਸਾਰੇ ਮੇਨ ਯੂਟਿਊਬ ਨੂੰ ਫੋਲੋ ਕਰਦੇ ਨੇ, ਯੂਟਿਊਬ 'ਤੇ ਜਿੰਨੇ ਮਿਲੀਅਨਸ ਵੱਧ ਵਿਊ ਹੋਣਗੇ, ਹੈ ਨਾ, ਉੱਥੇ ਉਸ ਹਿਸਾਬ ਨਾਲ ਉਹਨਾਂ ਨੂੰ ਰੇਟਿੰਗ ਮਿਲਦੀ ਆ। ਤਾਂ ਜ਼ਿਆਦਾ ਮੈਂ ਯੂਟਿਊਬ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ ਕਿ ਯੂਟਿਊਬ 'ਤੇ ਜ਼ਿਆਦਾ, ਕਿਉਂਕਿ ਪੈਸਾ ਵੀ ਯੂਟਿਊਬ 'ਤੇ ਆ, ਕੰਪਨੀਜ਼ ਵੀ ਯੂਟਿਊਬ ਨਾਲ ਜੁੜੀਆਂ ਵੀ, ਰਿਕਵਰੀਜ਼ ਵੀ ਯੂਟਿਊਬ 'ਤੇ ਨੇ, ਜ਼ਿਆਦਾ ਲੋਕ ਯੂਟਿਊਬ 'ਤੇ ਜੁੜੇ ਹੋਏ ਨੇ, ਅਤੇ ਤਾਂ ਕਰਕੇ ਉਸ ਉੱਧਰ ਧਿਆਨ ਜ਼ਿਆਦਾ ਜਾਂਦਾ, ਬਾਕੀ ਚੀਜ਼ਾਂ ਵੱਲ ਥੋੜ੍ਹਾ ਘੱਟ ਜਾਂਦਾ। ਅੱਛਾ, ਇੱਕ ਨਾ ਤੁਹਾਡਾ ਜਿਹੜਾ ਨਵਾਂ ਗੀਤ ਆਉਣ ਵਾਲਾ ਹੈ ਨਾ, ਉਹ ਸ਼ਾਇਦ ਹਜੇ ਪੋਸਟਰ ਵੀ ਨਹੀਂ ਰਿਲੀਜ਼ ਹੋਇਆ, ਇਸ਼ਕਾਂ ਦੇ ਲੇਖੇ 2, ਭਾਜੀ ਆਉਂਦੀਆਂ 2 ਕੁ ਲੈਣਾ ਉਹਦਾ? ਮੈਂ ਜਿਹੜੇ ਮੈਨੂੰ ਪੈਰੇ ਬੜੇ ਪਸੰਦ ਨੇ ਵਿੱਚ, ਕਿਉਂਕਿ ਮਨਵਿੰਦਰ ਮਾਨ ਦਾ ਵੀ ਲਿਖਿਆ ਹੋਇਆ, ਅਸੀਂ ਓਨਾ ਹੀ ਸਾਰੀ ਟੀਮ ਨੇ ਮਿਹਨਤ ਕੀਤੀ ਆ, ਟਰੂ ਮੇਕਰਸ ਨੇ, ਸੇਮ ਟੀਮ ਆ, ਅਤੇ ਉਹਦੇ ਵਿੱਚ ਪਾਇਲ ਰਾਜਪੂਤ ਨੇ, ਉਹਨਾਂ ਦਾ ਫਸਟ ਡੈਬਿਊ ਸੌਂਗ ਆ, ਕਦੇ ਵੀ ਉਹਨਾਂ ਨੇ ਸੌਂਗਸ ਨਹੀਂ ਕੀਤੇ। ਯੈਸ, ਅਤੇ ਸਾਡੀ ਖੁਸ਼ਕਿਸਮਤੀ ਆ ਕਿ ਉਹਨਾਂ ਨੇ ਪਹਿਲੀ ਵਾਰ 'ਚ ਹਾਂ ਕਰੀ, ਮੈਨੂੰ ਤਾਂ ਉਮੀਦ ਨੇ ਹੈ ਨਹੀਂ ਸੀਗੀ ਕਿ, ਕਿਉਂਕਿ ਜਿਹੜੇ ਆਰਟਿਸਟ ਫਿਲਮਾਂ ਕਰਦੇ ਨੇ ਉਹ ਜ਼ਿਆਦਾ ਸੌਂਗ ਕਰਨ ਨਾਲ ਲਾਈਕ ਨਹੀਂ ਕਰਦੇ, ਅਤੇ ਕਿਉਂਕਿ ਸੌਂਗ ਦਾ ਲੈਵਲ ਕਿਤੇ ਨਾ ਕਿਤੇ ਫਿਲਮਾਂ ਨਾਲੋਂ ਕਿਤੇ ਨਾ ਕਿਤੇ ਛੋਟਾ ਹੁੰਦਾ, ਤਾਂ ਉਹਦੇ ਵਿੱਚ ਪਾਇਲ ਰਾਜਪੂਤ ਜੀ ਨੇ, ਅਤੇ ਸਾਡੇ ਲਈ ਵੱਡੀ ਗੱਲ ਆ। ਉਹਦੀਆਂ 2 ਲਾਈਨਾਂ ਮੈਨੂੰ ਉਹਦੇ ਵਿੱਚ ਸਭ ਤੋਂ ਵੱਧ 2 ਲਾਈਨਾਂ ਪਸੰਦ ਆਈਆਂ। ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿੱਚ ਖਿਲ ਵਰਗਾ, ਜਾਂ ਫਿਰ ਕੋਈ ਸ਼ਾਮ ਟਲੀ ਤੋਂ ਆਸ਼ਿਕ ਦੇ ਦਿਲ ਵਰਗਾ, ਐਵੇਂ ਨੀ ਝਾੜ ਕੇ ਪੱਲੇ ਚਾਰੇ ਹੀ ਤੁਰਜੀਦਾ, ਦੱਸ ਕਾਹਦਾ ਮਾਣ ਸੋਹਣਿਆ ਦੇਹਾਂ ਦੀ ਬੁਰਜੀਦਾ, ਦੇਹਾਂ ਦੀ ਬੁਰਜੀ। ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਪੰਜਾਬ ਪਲੱਸ 'ਤੇ ਤੁਸੀਂ ਇਹ ਐਕਸਕਲੂਸਿਵ ਲਾਈਨਾਂ ਸੁਣੀਆਂ ਨੇ ਹਜੇ ਹੋਣ ਗੀਤ। ਅੱਛਾ, ਮਨਵਿੰਦਰ ਮਾਨ ਜੀ ਦਾ ਜ਼ਿਕਰ ਕਰ ਰਹੇ ਹੈ ਨਾ, ਉਹਨਾਂ ਨੂੰ ਕਿੰਨੀ ਕੁ ਦਿੱਕਤ ਹੁੰਦੀ ਕਈ ਵਾਰ, ਕਿਉਂਕਿ ਜਦੋਂ ਅਸੀਂ ਸਪੈਸ਼ਲ ਚੀਜ਼ਾਂ ਲੱਭਦੇ ਹਾਂ ਆਪਣੇ ਲਈ, ਹੈ ਨਾ, ਕਿ ਕਿਉਂਕਿ ਜਿਹੜੇ ਤੁਹਾਡੇ ਗੀਤ ਆ ਉਹ ਕਾਫੀ ਸਪੈਸ਼ਲ ਹੁੰਦੇ ਆ, ਉਹਨਾਂ ਨੂੰ ਕਦੇ ਦਿੱਕਤ ਆਈ ਲਿਖਣ ਦੇ ਵਿੱਚ ਕਿ ਯਾਰ ਆਹ ਨਹੀਂ ਲਿਖਣਾ, ਆਹ ਸੱਜਣ ਨੂੰ ਪਸੰਦ ਨਹੀਂ ਆਉਣਾ, ਜਾਂ ਫਿਰ ਉਹਨਾਂ ਨੇ ਕਿਹਾ ਹੋਵੇ ਯਾਰ ਸੱਜਣ ਆਹ ਚੀਜ਼ ਸਭ ਤੋਂ ਬੈਸਟ ਆ ਅਤੇ ਤੁਸੀਂ ਰਿਜੈਕਟ ਕਰਦੇ ਹੋਵੇ? ਨਹੀਂ, ਅਸੀਂ ਮੈਂ ਮਨਵਿੰਦਰ ਨਾਲ 2011 ਤੋਂ ਜੁੜਿਆ ਵਾਂ ਅਤੇ ਇਕੱਠੇ ਰਹੇ ਹਾਂ,
ਸਾਡੀ ਕਾਫੀ ਅੰਡਰਸਟੈਂਡਿੰਗ ਆ, ਉਹ ਉਹਨੂੰ ਉਹ ਸਮਝਦਾ ਮੈਨੂੰ, ਤੇ ਮੈਨੂੰ ਵੀ ਪਤਾ ਉਹਦੀ ਫੀਲਿੰਗ ਕਿੱਦਾਂ ਉਹ ਚੀਜ਼ ਚਾਹੁੰਦਾ। ਅਸੀਂ ਕਦੇ ਵੀ ਇਹ ਸੋਚ ਕੇ ਕਦੇ ਵੀ ਚੀਜ਼ ਨਹੀਂ ਬਣਾਈ ਇਹ ਬਹੁਤ ਚੱਲੂਗੀ ਉਹ ਚੀਜ਼ ਨਹੀਂ ਚੱਲੂਗੀ। ਮਨਮਿੰਦਰ ਮੈਂ ਉਹਨੂੰ ਆਈਡੀਆ ਦਿੰਦਾ ਰਹਿੰਦਾ, ਜਿਵੇਂ ਪਿੰਡਾਂ ਦੇ ਜਾਏ 'ਚ ਮੈਂ ਉਹਨੂੰ ਕੁਛ ਆਈਡੀਆ ਦਿੱਤਾ ਸੀ, ਲਾਈਕ ਕੁੜੀ ਆ ਉਹ ਪੰਜਾਬ ਦੇ ਨੇਚਰ ਨੂੰ, ਜਿਹੜਾ ਪੰਜਾਬ ਦਾ ਕਲਚਰ ਨੂੰ ਜਾਣਨਾ ਚਾਹੁੰਦੀ ਆ, ਹੈ ਨਾ, ਉਹਦੇ ਮਨ 'ਚ ਇੱਛਾ ਆ ਗਈ। ਅਤੇ ਆਪਾਂ ਉਹਨੂੰ ਆਪਣੇ ਜਿਹੜਾ ਸ਼ਾਇਰਾਨਾ ਅੰਦਾਜ਼ ਉਹਦੇ ਵਿੱਚ ਬਿਆਨ ਕਰ ਰਹੇ ਹਾਂ ਕਿ ਅਸੀਂ ਆਵਾਂਗੇ ਪਿੰਡਾਂ ਦੇ ਜਾਏ, ਦੱਸ ਕਿੱਦਾਂ ਸਮਝੇਗੀ ਨਹੀਂ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ। ਉਹ ਇੱਕ ਮੁੰਡਾ ਆਪਣੇ ਕਲਚਰ ਨੂੰ ਬਿਆਨ ਕਰ ਰਿਹਾ। ਤਾਂ ਇੱਦਾਂ ਦੀਆਂ ਚੀਜ਼ਾਂ ਨੇ ਜੋ ਇਸ਼ਕਾਂ ਦੇ ਲਿਖੇ ਗਾਣੇ ਲਿਖੇ ਗਏ ਨੇ, ਵੰਗਾਂ ਦਾ ਨਾਪ ਲੈ ਲਈ ਦਾ ਲਿਖੇ ਗਏ ਆ, ਉਹ ਪ੍ਰੀ ਪਲਾਨਡ ਕਦੇ ਵੀ ਨਹੀਂ ਗਾਣੇ ਨਹੀਂ ਸੀਗੇ, ਉਹ ਨੈਚੁਰਲ ਉਹਨੇ ਗਾਣੇ ਲਿਖੇ ਆ ਉਹਦੇ ਮਨ 'ਚ। ਅੱਜ ਕੱਪੜਾ ਛੱਲਾ ਵੇ ਉਹਦਾ ਇੱਕ ਇੱਦਾਂ ਕੰਧ 'ਤੇ ਲਿਖਿਆ ਹੁੰਦਾ ਸੀਗਾ ਦੋ ਲਾਈਨਾਂ, ਜਾਂ ਪਾ ਦੇ ਜਾ ਕੇ ਗੈਰਾਂ ਨੂੰ, ਆ ਚੱਕ ਆਪਣੇ ਝਾਂਜਰ ਵਿੱਚ ਭਾਰੀ ਲੱਗਦੀ ਪੈਰਾਂ ਨੂੰ। ਤਾਂ ਉਹਨੇ ਨੈਚੁਰਲ ਸ਼ਾਇਰੀ ਲਿਖੀ ਆ ਜੋ ਉਹਦੇ ਉਹਨੂੰ ਮਨ ਨੂੰ ਚੰਗੀ ਲੱਗੀ, ਉਹਦੇ ਮਨ 'ਚ ਉੱਦਾਂ ਦੇ ਬੈਂਬ ਉੱਠੇ, ਹੈ ਨਾ। ਤਾਂ ਉਹਨਾਂ ਚੀਜ਼ਾਂ ਨੂੰ ਮੈਂ ਗੀਤ ਬਣਾਇਆ। ਓਕੇ, ਅੱਛਾ, ਸ਼ਾਇਰੀ ਨੂੰ ਤੁਸੀਂ ਗੀਤ ਬਣਾਏ? ਗੀਤ ਬਣਾਏ ਆ, ਉਹਦੀਆਂ ਕਵਿਤਾਵਾਂ ਨੂੰ ਗੀਤ ਬਣਾਇਆ ਅਤੇ ਮੈਂ ਆਪਦੇ ਹਿਸਾਬ ਨਾਲ ਕੰਪੋਜ਼ ਕਰਕੇ। ਅਤੇ ਕਦੇ ਵੀ ਜਿੱਦਾਂ ਦੇ ਆਈਡੀਏ ਨੇ, ਜਿੱਦਾਂ ਜੇ ਤੁਸੀਂ ਵੀ ਫਲਾਣੇ ਵਰਗਾ ਗੀਤ ਆ, ਧਿਓਂਕਰ ਵਰਗਾ ਗੀਤ, ਤਾਂ ਇੱਦਾਂ ਦਾ ਕੁਛ ਵੀ ਅਸੀਂ ਕਦੇ ਵੀ ਕੰਮ ਨਹੀਂ ਕੀਤਾ ਜੀ। ਅੱਛਾ, ਬਟ ਸਰ ਜਿਹੜੇ ਤੁਹਾਡੇ ਗਾਣੇ ਆ ਨਾ, ਉਹ ਸਤਿੰਦਰ ਸਰਤਾਜ ਜੀ ਵਰਗੇ ਗਾਣੇ ਹੁੰਦੇ ਨੇ, ਜਿੰਨਾ ਜਿੰਨਾ ਕੁਦਰਤ ਨੂੰ ਉਹ ਪਿਆਰ ਕਰਦੇ ਨੇ, ਜਿੰਨੀ ਕੁਦਰਤ ਉਹ ਇਸ਼ਕ ਦੇ ਵਿੱਚ ਦਿਖਾਉਂਦੇ ਨੇ, ਸ਼ਾਇਦ ਤੁਸੀਂ ਵੀ ਉਨੀ ਹੀ ਦਿਖਾਉਂਦੇ ਹੋ। ਨਹੀਂ, ਵੱਡੀ ਵੱਡੀ ਗੱਲ ਆ, ਕਿਉਂਕਿ ਉਹ ਵੱਡੇ ਕਲਾਕਾਰ ਨੇ, ਹੈ ਨਾ, ਅਤੇ ਚਲੋ ਸਾਨੂੰ ਵੀ ਉਹਨਾਂ ਵਿੱਚ ਮੌਕਾ ਮਿਲਦਾ। ਅਤੇ ਬਟ ਕਿਉਂਕਿ ਯੂਨੀਵਰਸਿਟੀ 'ਚ ਉਹ ਪੜ੍ਹੇ ਸੀਗੇ, ਯੂਨੀਵਰਸਿਟੀ 'ਚ ਅਸੀਂ ਪੜ੍ਹੇ ਹਾਂ, ਕਿਤਾਬਾਂ ਨਾਲ ਲਗਾਵ ਉਹਨਾਂ ਦਾ, ਕਿਤਾਬਾਂ ਨਾਲ ਸਾਡਾ ਲਗਾਵ ਆ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਸਿਮਿਲਰ ਆ, ਤਾਂ ਜਿਹੜੇ ਸਰੋਤ ਨੇ ਉਹ ਸਿਮਿਲਰ ਨੇ, ਅਤੇ ਤਾਂ ਕਰਕੇ ਸੋਚਾਂ ਸਿਮਿਲਰ ਨੇ, ਤਾਂ ਕਰਕੇ ਉਹ ਚੀਜ਼ਾਂ ਕਿਤੇ ਨਾ ਕਿਤੇ ਅਟੈਚ ਨੇ ਜੀ ਲੱਗਦਾ। ਅੱਛਾ, ਕਿ ਜਿਹੜੇ ਅੱਜ ਕੱਲ੍ਹ ਸਿੰਗਰਸ ਆ ਉਹ ਸਾਰੇ ਫਿਲਮਾਂ ਦੇ ਵੱਲ ਰੁੱਖ ਕਰ ਰਹੇ ਆ, ਸੱਜਣ ਜੀ ਦਾ ਰੁੱਖ ਫਿਲਮਾਂ 'ਚ ਜਾ ਰਿਹਾ ਕਿ ਨਹੀਂ? ਚਲੋ ਵਧੀਆ, ਮੈਂ ਅਸੀਂ ਕਰ ਰਹੇ ਹਾਂ ਫਿਲਮ, ਅਸੀਂ ਪਹਿਲਾਂ ਲਾਈਏ ਜੇ ਯਾਰੀਆਂ ਵਿੱਚ ਅਮਰਿੰਦਰ ਗਿੱਲ ਵੀਰੇ ਨਾਲ ਅਸੀਂ ਕੀਤਾ ਸੀਗਾ, ਥੋੜ੍ਹਾ ਜਿਹਾ ਡੈਬਿਊ ਸੀਗਾ ਅਤੇ ਥੋੜ੍ਹਾ ਜਿਹਾ ਰੋਲ ਸੀਗਾ ਉਹਦੇ ਵਿੱਚ, ਅਤੇ ਬਟ ਹੁਣ ਅਸੀਂ ਤੂੰ ਹੋਵੇ ਮੈਂ ਹੋਵਾਂ ਵਿੱਚ ਜਿੰਮੀ ਸ਼ੇਰਗਿੱਲ, ਦਿਲਬਰ ਆਰੀਆ, ਕੁਲਰਾਜ ਰੰਧਾਵਾ, ਵਕੀਲ ਸਿੰਘ ਡਾਇਰੈਕਟਰ ਨੇ, ਅਤੇ ਉਹ ਅਸੀਂ ਬਣਾਈ ਆ ਫਿਲਮ, ਅਤੇ ਉਹ ਅਸੀਂ ਸਾਰੀ ਉਹ UK ਸ਼ੂਟ ਹੋਈ ਆ। ਓਕੇ, ਅਤੇ ਉਹ ਅਸੀਂ ਹੁਣ ਬਸ ਥੋੜ੍ਹਾ ਜਿਹਾ ਕਰੋਨਾ ਕਰਕੇ ਤੁਹਾਨੂੰ ਪਤਾ ਕਿ ਡਿਲੇ ਹੋ ਗਈ ਜੀ, ਬਟ ਅਸੀਂ ਜਲਦੀ ਉਹਨੂੰ ਰਿਲੀਜ਼ ਕਰਾਂਗੇ, ਆਲਮੋਸਟ ਉਹ ਡਨ ਆ ਫਿਲਮ, ਅਤੇ ਉਹਦਾ ਪੋਸਟਰ ਰਿਲੀਜ਼ ਕਰਨਾ ਛੇਤੀ, ਤੁਸੀਂ ਮਤਲਬ ਸਾਰਿਆਂ ਨੂੰ ਵੱਡੇ ਪਰਦੇ 'ਤੇ ਵੀ ਦੇਖਣ ਨੂੰ ਮਿਲੋਗੇ। ਸਹੀ ਆ, ਦੇਖਣ ਨੂੰ ਮਿਲੂਗਾ, ਅਤੇ ਬਾਕੀ ਦੇਖੋ ਕਿੱਦਾਂ ਰਿਸਪੋਂਸ ਆਉਂਦਾ ਜੀ। ਬੈਸਟ ਆਫ ਲੱਕ ਸਾਡੇ ਵੱਲੋਂ ਤੁਹਾਡੀ ਫਿਲਮ ਦੇ ਲਈ। ਅੱਛਾ, ਹੁਣ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ ਨਾ ਸ਼ਾਇਦ, ਹੈ ਨਾ, ਹੁਣ ਆਪਾਂ ਥੋੜ੍ਹਾ ਮਸਤੀ ਕਰ ਲਈਏ ਨਾ। ਅੱਛਾ ਭਾਅ ਜੀ, ਸਾਡੇ ਨਾਲ ਕੁਛ ਸੈਗਮੈਂਟਸ ਆ। ਓਕੇ, ਅਤੇ ਉਹਨਾਂ ਸੈਗਮੈਂਟਸ ਦੇ ਵਿੱਚ ਤੁਸੀਂ ਪਾਰਟੀਸਪੇਸ਼ਨ ਕਰਨੀ ਆ, ਅਤੇ ਉਹ ਦੱਸਣਾ ਆ। ਜਿਹੜਾ ਸਾਡਾ ਸਭ ਤੋਂ ਫਸਟ ਸੈਗਮੈਂਟ ਹੈ ਨਾ, ਉਹ ਹੈ ਕਦੀ ਐਂ ਹੋਇਆ। ਓਕੇ, ਠੀਕ ਆ, ਲਾਈਵ ਦੇ ਵਿੱਚ ਬਹੁਤ ਕੁਛ ਹੁੰਦਾ ਨਾ, ਅਤੇ ਜਿਹੜਾ ਸਭ ਤੋਂ ਪਹਿਲਾ ਕੁਸ਼ਚਨ ਆ ਨਾ ਭਾਅ ਜੀ, ਕਦੀ ਐਂ ਹੋਇਆ ਵਾ ਤੁਸੀਂ ਕਿਤੇ ਰੈਸਟੋਰੈਂਟ ਦੇ ਵਿੱਚ ਜਾਂ ਘਰੇ ਕੁਛ ਖਾ ਰਹੇ ਹੋਵੋ, ਹੈ ਨਾ, ਅਤੇ ਉਹ ਥੱਲੇ ਡਿੱਗ ਗਿਆ ਹੋਵੇ, ਫਿਰ ਬਾਅਦ 'ਚ ਯਾਦ ਆਇਆ ਹੋਵੇ ਯਾਰ ਪੈਸੇ ਲੱਗੇ ਆ, ਚੱਕ ਕੇ ਦੇਖ ਆ ਲਿਆ। ਪੈਸੇ ਲੱਗੇ ਆ, ਹੋ ਜਾਂਦਾ ਕਈ ਯਾਰ, ਤੁਸੀਂ ਮੈਂ ਤਾਂ ਕਦੇ ਜਦੋਂ ਰੋਟੀ ਜਦੋਂ ਡਿੱਗ ਪੈਂਦੀ ਹੈ ਥੱਲੇ, ਤਾਂ ਅੱਜ ਵੀ ਯਾਦ ਆ, ਰੋਟੀ ਵੀ ਝਾੜ ਕੇ ਖਾ ਲਈ ਦੀ ਆ, ਹੈ ਨਾ, ਖੇਤ ਹੁੰਦੇ ਸੀਗੇ ਅਤੇ ਖੇਤ ਉੱਦਾਂ ਰੋਟੀ ਡਿੱਗ ਪੈਂਦੀ ਸੀਗੀ, ਤਾਂ ਅਸੀਂ ਵੀ ਉਹਨੂੰ ਵੀ ਝਾੜ ਕੇ ਖਾ ਲੈਂਦੇ ਹਾਂ, ਕਿਉਂਕਿ ਮੇਰਾ ਪਿੱਛੋਂ ਬੈਕਗਰਾਊਂਡ ਕਿਸਾਨੀ ਨਾਲ, ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜੇ ਆਪਣੇ ਕੋਲ ਅੱਜ ਆਪਾਂ ਲਾਈਨ ਇੱਦਾਂ ਦੀ ਆ, ਹੈ ਨਾ, ਤਾਂ ਜੇ ਕੋਈ ਕੋਈ ਚੀਜ਼ ਆਪਾਂ ਨੂੰ ਡਿੱਗੀ ਵੀ ਹੈ ਥੱਲੇ, ਤਾਂ ਆਪਾਂ ਝਾੜ ਕੇ ਖਾ ਲਈ ਦੀ ਆ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਕਦੀ ਐਂ ਹੋਇਆ ਭਾਅ ਜੀ ਛੋਟੇ ਹੁੰਦੇ ਕਿ ਮਤਲਬ ਕਿ ਤੁਹਾਡੇ ਘਰਦਿਆਂ ਨੂੰ ਆਪਣਾ ਬੱਚਾ ਤਾਂ ਹੈ ਨਾ ਪਿਆਰਾ ਹੀ ਹੁੰਦਾ, ਉਹ ਸਾਰਿਆਂ ਸਾਹਮਣੇ ਤਾਰੀਫ ਕਰਦੇ ਹੋਣ, ਸੱਜਣ ਗਾਣਾ ਬਹੁਤ ਸੋਹਣਾ ਗਾਉਂਦਾ, ਗਾਣਾ ਬਹੁਤ ਸੋਹਣਾ ਗਾਉਂਦਾ, ਜਦੋਂ ਤੁਹਾਡੇ ਘਰ ਰਿਸ਼ਤੇਦਾਰ ਆਏ ਹੋਣ ਉਹਨਾਂ ਨੇ ਕਿਹਾ ਹੋਵੇ ਸੱਜਣ ਆਇਆ ਮਾਸੀ ਨੂੰ ਭੂਆ ਨੂੰ ਗਾਣਾ ਸੁਣਾ ਕੇ ਜਾ? ਨਹੀਂ, ਮੈਂ ਥੋੜ੍ਹਾ ਜਿਹਾ ਸ਼ੁਰੂ ਤੋਂ ਥੋੜ੍ਹਾ ਜਿਹਾ ਰਿਜ਼ਰਵ ਸ਼ਰਮੀਲੇ ਸੁਭਾਅ ਦਾ ਰਿਹਾ, ਮੈਂ ਪਿੱਛੇ ਪਿੱਛੇ ਹਟਦਾ ਰਿਹਾ, ਪਹਿਲਾਂ ਵੀ ਕੰਪੀਟੀਸ਼ਨ ਵੀ ਕਦੇ ਮੈਂ ਇੰਨੇ ਲੜੇ ਨਹੀਂ ਹੈਗੇ, ਅਤੇ ਉਦੋਂ ਵੀ ਪਿੱਛੇ ਪਿੱਛੇ ਰਹਿਣਾ, ਪਿੱਛੇ ਪਿੱਛੇ ਰਹਿਣਾ, ਕਲਾਸ 'ਚ ਵੀ ਬੈਕ ਬੈਂਚਰ, ਕਲਾਸ 'ਚ ਵੀ ਪਿੱਛੇ ਪਿੱਛੇ ਰਹਿਣਾ, ਪਿੱਛੇ ਪਿੱਛੇ ਰਹਿ ਕੇ ਸਿੱਖਿਆ ਸਾਰਾ ਕੁਛ। ਅਤੇ ਸਾਡੀ ਫੈਮਿਲੀ 'ਚ ਵੀ ਕਿਉਂਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਆ, ਅਤੇ
ਉਹਨਾਂ ਨੂੰ ਵੀ ਇੰਨਾ ਕੋਈ ਬਾਲਾ ਨਹੀਂ ਹੈਗਾ ਸਾਡਾ ਮੁੰਡਾ ਗਾਉਣ ਲੱਗ ਜੇ, ਨਾ ਹੀ ਉਹਨਾਂ ਦੇ ਦਿਲ 'ਚ ਇੱਡਾ ਚਾਅ ਸੀਗਾ ਕਿ ਸਾਡਾ ਮੁੰਡਾ ਵੱਡਾ ਕਲਾਕਾਰ ਹੋਵੇ, ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀਗਾ। ਓਕੇ, ਅਤੇ ਸਾਡੇ ਘਰ ਫੈਮਿਲੀ ਦੇ ਬਸ ਇਹੀ ਸੀਗਾ ਵੀ ਜਾਂ ਤਾਂ ਸਾਡਾ ਮੁੰਡਾ ਬਾਹਰ ਚਲਾ ਜਾਵੇ, ਤੁਹਾਨੂੰ ਪਤਾ ਆਈਲੈਟਸ ਦਾ ਦੌਰ ਆ, ਅਤੇ ਜਾਂ ਕੋਈ ਇਹ ਕੋਈ ਟੀਚਰ ਟੂਚਰ ਲੱਗ ਜੇ ਜਿਸ ਨਾਲ ਪੜ੍ਹੀ ਪੁੜ੍ਹੀ ਜਾਂਦਾ ਬਈ। ਮੈਂ ਮੇਰਾ ਗਾਣਾ ਚੱਲ ਗਿਆ, ਉਸ ਤੋਂ ਬਾਅਦ ਮੈਂ ਦੱਸਿਆ ਕਿ ਮੈਂ ਲਾਈਨ 'ਚ ਜਾਣਾ। ਓਕੇ, ਇਦੋਂ ਪਹਿਲਾਂ ਹੀ ਸਾਡੇ ਮੇਰਾ ਮੈਂ ਮੇਰਾ ਘਰਿਆਂ ਨੂੰ ਘਰਦਿਆਂ ਨੂੰ ਦੱਸਿਆ ਨਹੀਂ ਸੀਗਾ ਕਿ ਮੈਂ ਕਲਾਕਾਰ ਬਣਨਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਸੀਗਾ ਕਿ ਸਾਡੇ ਘਰ ਦੇ ਕਹਿੰਦੇ ਵੀ ਤੂੰ ਪੈਰਾਂ 'ਤੇ ਖੜਾ ਹੋ ਜਾ, ਕਿਵੇਂ ਮਰਜ਼ੀ ਹੋ ਜਾ, ਅਤੇ ਉਦੋਂ ਤੁਹਾਨੂੰ ਰਿਸ਼ਤੇਦਾਰ ਵੀ ਪੁੱਛਦੇ ਤੁਸੀਂ ਕੀ ਕਰਨਾ, ਉਦੋਂ ਆਪਾਂ ਕਹਿੰਦੇ ਵੀ ਅਸੀਂ ਪੜ੍ਹਾਉਣ ਲੱਗਣਾ ਜੀ, ਅਸੀਂ ਤਾਂ ਟੈਸਟ ਕਲੀਅਰ ਕਰਨਾ, ਤਾਂ ਇੱਦਾਂ ਮੇਰੇ ਦਿਲ 'ਚ ਸੀਗੀਆਂ ਉਹ ਗੱਲਾਂ, ਪਰ ਮੈਂ ਕਦੇ ਵੀ ਆਪਣੀ ਫੈਮਿਲੀ ਨਾਲ ਨਹੀਂ ਕਦੇ ਜ਼ਿਆਦਾ ਦੱਸਿਆ ਸੀਗਾ, ਅਤੇ ਨਾ ਹੀ ਸਾਡੀ ਫੈਮਿਲੀ ਨੂੰ ਬਾਹਲਾ ਇੱਦਾਂ ਚਾਅ ਹੈਗਾ। ਸਾਡੀ ਫੈਮਿਲੀ ਤਾਂ ਥੋੜ੍ਹੀ ਜਿਹੀ ਇੱਦਾਂ ਦੀ ਆ ਕਿ ਜਿਹਦੇ ਕੋਈ ਗਾਣਾ ਗੁਣਾ ਕੋਈ ਸਾਡੇ ਘਰ ਹੁਣ ਵੀ ਆ ਜਾਂਦੇ ਆ ਗਾਣਾ ਗੁਣਾ ਕੋਈ ਸੁਣਾ ਦਿੰਦਾ ਆ ਕੇ, ਤਾਂ ਉਹ ਬਾਹਲਾ ਧਿਆਨ ਨਹੀਂ ਦਿੰਦੇ। ਅੱਛਾ ਭਾਅ ਜੀ, ਕਦੀ ਤੁਹਾਡੇ ਨਾਲ ਐਂ ਹੋਇਆ ਕਿਸੇ ਯਾਰ ਦੋਸਤ ਦੇ ਕਹਿਣ 'ਤੇ ਜਾਂ ਫਿਰ ਉਹਦੇ ਨਾਲ ਸ਼ਰਤ ਲਾਉਣ 'ਤੇ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨ ਚਲੇ ਗਏ ਹੋਵੋ? ਨਹੀਂ, ਮੈਂ ਐਡਾ ਪੰਗਾ ਨਹੀਂ ਲੈਂਦਾ ਕਦੇ ਵੀ, ਐਡਾ ਪੰਗਾ ਨਹੀਂ ਮੈਂ ਕਦੇ ਯਾਰ ਦੋਸਤ ਦੇ ਕਹਿਣ 'ਤੇ ਲਿਆ, ਕਿਉਂਕਿ ਨਹੀਂ ਇੱਦਾਂ ਕਦੇ ਵੀ ਨਹੀਂ ਹੋਇਆ ਆਪਾਂ, ਕਿਉਂਕਿ ਦਿਲ ਦੀਆਂ ਫੀਲਿੰਗ ਹੁੰਦੀਆਂ ਅਤੇ ਯਾਰ ਦੋਸਤ ਕਹਿਣ 'ਤੇ ਕਦੇ ਨਹੀਂ। ਤਾਂ ਬਹੁਤ ਵਧੀਆ ਭਾਅ ਜੀ, ਲੈਣਾ ਵੀ ਨਹੀਂ ਚਾਹੀਦਾ। ਸਾਡੇ ਨਾ ਕੋਲੇ ਦੇ ਵਿੱਚ ਅਸੀਂ ਖੇਡ ਰਹੇ ਸੀਗੇ ਅਤੇ ਮੁੰਡੇ ਨੂੰ ਡੇਅਰ ਦਿੱਤਾ ਕਿ ਉਹ ਸਾਹਮਣੇ ਕੁੜੀ ਬੈਠੀ ਆ, ਉਹਨੂੰ ਜਾ ਕੇ ਤੂੰ ਪ੍ਰਪੋਜ਼ ਕਰਕੇ ਆਉਣਾ। ਉਹ ਫੂਕ 'ਚ ਹੈ ਨਾ ਜਵਾਨੀ ਚੜੀ ਅਤੇ ਚਲ ਗਿਆ। ਉਹਨੂੰ ਜਾ ਕੇ ਕਹਿੰਦਾ ਕਹਿੰਦਾ ਮੈਡਮ ਮੈਂ ਨਾ ਤੁਹਾਨੂੰ ਬੜੇ ਦਿਨਾਂ ਤੋਂ ਨੋਟਿਸ ਕਰ ਰਿਹਾ ਵਾਂ, ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਅਤੇ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ। ਕਹਿੰਦੀ ਮੈਂ ਅੱਜ ਤਾਂ ਐਡਮਿਸ਼ਨ ਕਰਾਉਣ ਆਈ ਹਾਂ ਆਪਣੀ ਭੈਣ ਦੇ ਨਾਲ, ਤੂੰ ਬੜੇ ਦਿਨਾਂ ਤੋਂ ਕਿੱਥੋਂ ਦੇਖ ਰਿਹਾ। ਸੋ ਭਾਅ ਜੀ ਸੱਚੀ ਜਾਣਾ ਵੀ ਨਹੀਂ ਚਾਹੀਦਾ ਕਿਸੇ ਦੀ ਫੂਕ ਦੇ ਵਿੱਚ। ਅੱਛਾ ਭਾਅ ਜੀ, ਇਸ ਸੈਗਮੈਂਟ ਦਾ ਆਪਣਾ ਲਾਸਟ ਸਵਾਲ ਇਹ ਆ, ਛੋਟੇ ਹੁੰਦੇ ਕ੍ਰਿਕਟ ਖੇਡਦੇ ਸੀ ਹੈਨਾ, ਕ੍ਰਿਕਟ ਖੇਡਦੇ ਹੋਏ ਕਦੀ ਤੁਹਾਡੇ ਨਾਲ ਐਂ ਹੋਇਆ ਬੋਲ ਚੱਲ ਗਈ ਝਾੜੀਆਂ ਦੇ ਵਿੱਚ, ਬੋਲ ਲੱਭਣਗੇ ਇੱਕ ਦੀ ਥਾਂ 'ਤੇ ਦੋ ਬੋਲਸ ਲੱਭ ਗਈਆਂ? ਕ੍ਰਿਕਟ ਅਸੀਂ ਛੋਟੇ ਹੁੰਦੇ ਖੇਡਦੇ ਰਹੇ ਹਾਂ, ਮੈਨੂੰ ਇੱਦਾਂ ਦਾ ਯਾਦ ਆ ਕਿ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀਗੇ ਅਤੇ ਸਾਹਮਣੇ ਸੀਗਾ ਸ਼ੀਸ਼ਾ, ਮੈਂ ਆਪਣੇ ਦੋਸਤ ਘਰ ਕ੍ਰਿਕਟ ਖੇਡਦੇ ਹੁੰਦੇ, ਮੈਨੂੰ ਅੱਜ ਵੀ ਯਾਦ ਆ, ਉਹ ਦੋਸਤ ਹੁਣ ਬਾਹਰ ਚਲੇ ਗਏ, ਅਤੇ ਜਦੋਂ ਮੈਂ ਸ਼ਾਟ ਮਾਰਿਆ ਉਹ ਸਾਹਮਣੇ ਸ਼ੀਸ਼ੇ 'ਚ ਬਾਲ ਵੱਜੀ ਅਤੇ ਸ਼ੀਸ਼ਾ ਟੁੱਟ ਗਿਆ, ਅਤੇ ਹੁਣ ਬਾਲ ਲੈਣ ਕੌਣ ਜਾਵੇ? ਉਹ ਮੁੰਡਾ ਕਹਿੰਦਾ ਕਿ ਮੈਂ ਨਹੀਂ ਲੈਣ ਜਾਂਦਾ, ਵੀ ਮੇਰੀ ਮਾਤਾ ਹੁਣ ਗਾਲਾਂ ਕੱਢੂਗੀ ਸ਼ੀਸ਼ੇ ਦੇ ਪੈਸੇ ਭਰਨੇ ਪੈਣੇ। ਹੁਣ ਜੀ ਨੇ ਜਿਹੜਾ ਲੈਣ ਜਾਊਗਾ ਉਹਨੂੰ ਤਾਂ ਪੱਕਾ ਸ਼ੋਰ ਸੀਗਾ ਵੀ ਗਾਲਾਂ ਪੈਣਗੀਆਂ ਪੈਣਗੀਆਂ, ਤਾਂ ਫਿਰ ਮੈਨੂੰ ਪਤਾ ਕਿ ਮੈਂ ਕਿੰਨੀ ਆ ਉੱਥੋਂ, ਮੈਨੂੰ ਗਾਲਾਂ ਪਈਆਂ ਅਤੇ ਬਾਲ ਚੱਕ ਕੇ ਲਿਆਂਦੀ, ਤਾਂ ਉਹ ਵੀ ਔਖਾ ਕੰਮ ਆ। ਠੀਕ ਹੈ ਭਾਅ ਜੀ, ਬਹੁਤ ਵਧੀਆ। ਅੱਛਾ ਹੁਣ ਨਾ ਜਿਹੜਾ ਸਾਡਾ ਅਗਲਾ ਸੈਗਮੈਂਟ ਹੈ ਨਾ ਭਾਅ ਜੀ, ਉਹ ਹੈ ਚੁਗਲੀ ਸ਼ੁਗਲੀ। ਉਹ 'ਚ ਅਸੀਂ ਚੁਗਲੀ ਵੀ ਕਰਨੀ ਆ ਅਤੇ ਉਹ 'ਚ ਸ਼ੁਗਲ ਵੀ ਲਾਉਣਾ ਆ। ਭਾਅ ਜੀ ਕੋਈ ਇਹੋ ਜਿਹਾ ਬੰਦਾ ਜਿਹੜਾ ਤੁਹਾਨੂੰ ਤੰਗ ਪਰੇਸ਼ਾਨ ਬਹੁਤ ਕਰਦਾ, ਤੁਹਾਡੇ ਰਿਲੇਟਿਵ 'ਚ ਵੀ ਹੋ ਸਕਦਾ ਆ, ਤੁਹਾਡੀ ਯਾਰੀ ਦੋਸਤੀ ਵਿੱਚ ਹੋ ਸਕਦਾ, ਤੁਹਾਡੀ ਟੀਮ ਦੇ ਵਿੱਚ ਹੋ ਸਕਦਾ, ਤੁਸੀਂ ਉਹਦੀ ਚੁਗਲੀ ਲਾਉਣੀ ਆ, ਉਹਦਾ ਨਾਂ ਭਾਵੇਂ ਨਹੀਂ ਦੱਸਣਾ, ਨਾਂ ਦੱਸੋ। ਤੰਗ ਪਰੇਸ਼ਾਨ ਕੌਣ ਕਰਦਾ ਮੈਨੂੰ? ਕਿਸ ਤਰ੍ਹਾਂ ਤੰਗ ਪਰੇਸ਼ਾਨ ਕਹਿ ਰਹੇ ਹੋ? ਕੁਛ ਵੀ ਜਿੰਦੀ ਤੁਸੀਂ ਦਿਲ 'ਚ ਰੱਖੀ ਹੋਵੇ ਗੱਲ, ਪਰ ਹਜੇ ਕਹੀ ਨਹੀਂ, ਉਹਦੀ ਚੁਗਲੀ ਕਰਨੀ ਤੁਸੀਂ ਇੱਥੇ। ਨਹੀਂ ਤੰਗ ਪਰੇਸ਼ਾਨ ਤਾਂ ਮੈਨੂੰ ਲੱਗਦਾ ਕਿ ਮੈਨੂੰ ਕੋਈ ਵੀ ਨਹੀਂ ਕਰਦਾ, ਅਤੇ ਕਦੇ ਕਦੇ ਇੱਦਾਂ ਹੁੰਦਾ ਕੁਛ ਦੋਸਤ ਕਹਿ ਦਿੰਦੇ ਆ ਵੀ ਆਪਾਂ ਇੱਥੇ ਇੱਦਾਂ ਕਰਦੇ ਹਾਂ, ਇੱਦਾਂ ਕਰਦੇ ਹਾਂ, ਘੁੰਮਣ ਚੱਲਦੇ ਹਾਂ, ਉਹ ਚੀਜ਼ ਕਈ ਯਾਰ ਮੂਡ ਨਹੀਂ ਹੁੰਦਾ, ਅਤੇ ਉਹ ਕਦੇ ਕਦੇ ਮਨ 'ਚ ਪਰੇਸ਼ਾਨੀ ਹੁੰਦੀ ਆ ਯਾਰ, ਹੁਣ ਬਈ ਜਾਣਾ ਪੈਣਾ, ਹੁਣ ਕਰਨਾ ਪੈਣਾ, ਦੋਸਤ ਆ ਨਹੀਂ ਗਾਲਾਂ ਕੱਢਣਗੇ, ਤਾਂ ਉਹ ਚੀਜ਼ਾਂ ਹੈਗੀਆਂ ਆਪਦੇ ਦੋਸਤਾਂ ਨੂੰ ਲੈ ਕੇ, ਅਤੇ ਅਦਰਵਾਈਜ਼ ਤਾਂ ਕੋਈ ਤੰਗ ਪਰੇਸ਼ਾਨ ਵਾਲੀ ਗੱਲ ਤਾਂ ਨਹੀਂ ਹੈਗੀ, ਅਤੇ ਕਿਉਂਕਿ ਸਾਰੇ ਬਿਜ਼ੀ ਨੇ, ਸਾਰਾ ਕੋਲ ਟਾਈਮ ਘੱਟ ਆ। ਅੱਛਾ ਭਾਅ ਜੀ ਮੈਂ ਨਾ ਤੁਹਾਨੂੰ ਇੱਕ ਨਾ ਸਿਚੁਏਸ਼ਨ ਦੇਣ ਲੱਗਾ ਵਾਂ, ਠੀਕ ਆ, ਤੁਹਾਡੇ ਘਰ ਦੇ ਵਿੱਚ ਹੈਗਾ ਵਿਆਹ ਅਤੇ ਉੱਥੇ ਜਿਹੜਾ ਫੁੱਫੜ ਆ ਨਾ ਉਹ ਦਾਰੂ ਪੀ ਕੇ ਪਾ ਰਿਹਾ ਖਲਾਰਾ, ਹੁਣ ਤੁਸੀਂ ਆ ਕੇ ਨਾ ਉਹਦੀ ਕਰਨੀ ਆ ਚੁਗਲੀ ਮੈਨੂੰ। ਵੀਰੇ ਮੇਰੀ ਗੱਲ ਸੁਣੀ ਮਾੜੀ ਜੀ, ਦੱਸੋ ਦੱਸੋ। ਫੁੱਫੜ ਨੇ ਕੋਈ ਜ਼ਿਆਦਾ ਹੀ ਦਾਰੂ ਪੀ ਲਈ ਹੁਣ, ਉਹ ਤਾਂ ਹੈ ਹੀ ਸ਼ਰਾਬੀ, ਕਿਉਂ ਉਹਦੇ ਮੱਥੇ ਲੱਗਦਾ? ਮੱਥੇ ਨਹੀਂ ਯਾਰ, ਉਹਨੂੰ ਹੁਣ ਭੂਆ ਨੂੰ ਮਾੜਾ ਮਾੜਾ ਸਮਝਾ, ਉਹਨੂੰ ਕਹਿ ਵੀ ਹੁਣ ਮੇਰੇ ਦੋਸਤ ਵੀ ਪਰੇਸ਼ਾਨ ਨੇ ਅਤੇ ਉਹ ਹੁਣ ਜ਼ਿਆਦਾ ਕਈ ਕਰੀ ਜਾਂਦਾ ਹੁਣ। ਤੇਰੀ ਭੂਆ ਨੇ ਸਾਡੀ ਸੁਣੀ ਹੁੰਦੀ, ਉਹਨੇ ਭੱਜ ਕੇ ਵਿਆਹ ਕਰਾਉਣਾ ਸੀਗਾ, ਇਹੋ ਜਿਹਾ ਫੁੱਫੜ ਲੈ ਕੇ ਆਉਣਾ ਸੀਗਾ ਸ਼ਰਾਬੀ ਜਿਹਾ, ਹੁਣ ਤਾਂ ਹੱਲ ਤਾਂ ਕਰਨਾ ਪੈਣਾ ਵੀਰੇ। ਵੈਸੇ ਵੀ ਤੁਹਾਨੂੰ ਪਤਾ ਹੀ ਆ ਫੁੱਫੜ ਕੌਣ ਹੁੰਦੇ ਆ, ਜਿਹੜੇ ਜੀਜੇ ਪੁਰਾਣੇ ਹੋ ਜਾਂਦੇ ਫੁੱਫੜ ਬਣ ਜਾਂਦੇ ਆ, ਇਹਦਾ ਹੁਣ ਹੱਲ ਕਰਨਾ ਪੈਣਾ, ਨਹੀਂ ਤਾਂ ਤੁਹਾਨੂੰ ਪਤਾ ਕਿ ਵਿਆਹ ਖਰਾਬ ਹੋਊਗਾ।
ਇਦਾਂ ਕਰੋ ਫੁੱਫੜ ਨੂੰ ਦੇ ਦਿਓ ਨੀਂਦ ਦੀਆਂ ਗੋਲੀਆਂ ਫੁੱਫੜ ਵੀ ਸੈੱਟ ਤੁਸੀਂ ਵੀ ਸੈੱਟ ਸਹੀ ਆ ਫਿਰ ਹੁਣ ਗੋਲੀਆਂ ਲਿਆਉਣੀਆਂ ਪੈਣੀ ਆਪਾਂ ਹਾਂ ਗੋਲੀਆਂ ਡੰਡੇ ਭਾਜੀ ਅੱਛਾ ਭਾਜੀ ਵਧੀਆ ਚੁਗਲੀਆਂ ਕਰ ਲੈਣੇ ਤੁਸੀਂ ਵੈਸੇ ਪਹਿਲਾਂ ਉਦਾਂ ਕਰਦੇ ਸੀਗੇ ਚੁਗਲੀਆਂ ਕਿਸੇ ਦੀਆਂ ਘਰੇ ਜਾਂ ਯਾਰਾਂ ਦੋਸਤਾਂ ਨੂੰ ਯਾਰਾਂ ਦੋਸਤਾਂ ਦੀਆਂ ਨਹੀਂ ਚੁਗਲੀ ਨਹੀਂ ਕੀਤੀ ਕਦੇ ਗੱਲ ਜ਼ਰੂਰ ਕੀਤੀ ਆ ਫੈਮਿਲੀ ਨਾਲ ਗੱਲ ਕੀਤੀ ਆ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਸਿਚੁਏਸ਼ਨ 'ਤੇ ਜ਼ਰੂਰ ਗੱਲ ਕੀਤੀ ਆ ਪਤਾ ਨਹੀਂ ਮੇਰਾ ਨੇਚਰ ਨਹੀਂ ਹੈਗਾ ਕਿ ਕਿਸੇ ਦੀ ਗੱਲ ਕਰਨੀ ਮੈਨੂੰ ਇਹ ਲੱਗਦਾ ਕਿ ਯਾਰ ਆਪਾਂ ਕਿਉਂ ਕਿਸੇ ਨੂੰ ਕਹਿੰਦੇ ਕਿਉਂ ਪਾਪ ਤੋਂ ਹੀ ਜਾਂਦੇ ਠੀਕ ਹੈ ਜਿਹੜਾ ਸਾਡਾ ਨੈਕਸਟ ਸੈਗਮੈਂਟ ਹੈ ਨਾ ਉਹ ਹੈ ਪੋਲ ਖੋਲ ਉਹਦੇ ਵਿੱਚ ਨਾ ਤੁਸੀਂ ਇਹੋ ਜਿਹੇ ਬੰਦੇ ਦੀ ਪੋਲ ਖੋਲਣੀ ਹੈ ਜਿਹੜੀ ਕਿਸੇ ਨੂੰ ਪਹਿਲਾਂ ਕਦੇ ਨਾ ਪਤਾ ਹੋਵੇ ਸਭ ਤੋਂ ਪਹਿਲਾਂ ਤਾਂ ਮਨਵਿੰਦਰ ਮਾਨ ਭਾਜੀ ਦੀ ਅੱਛਾ ਮਨਵਿੰਦਰ ਨਾਲ ਕਦੇ ਕਦੇ ਸਾਡਾ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ ਲਾਈਕ ਤੁਹਾਡਾ ਗਾਣਾ ਸੀਗਾ ਵੰਗਾਂ ਦਾ ਨਾਪ ਲੈ ਲਈ ਜ਼ਮੀਨ ਨੂੰ ਫੜ ਕੇ ਵੇ ਉਹਦੇ ਵਿੱਚ ਇੱਕ ਲਾਈਨ ਸੀਗੀ ਸੌਂ ਜਾਂਦਾ ਰਫਲ ਦੇ ਨਾਲ ਹੀ ਵਾਹੀ ਨਾਲ ਧਰ ਕੇ ਵੇ ਤਾਂ ਮਨਵਿੰਦਰ ਕਦੇ ਕਦੇ ਕਹਿੰਦਾ ਕਿ ਬਈ ਇਹ ਚੀਜ਼ਾਂ ਨਹੀਂ ਲਿਖਣੀਆਂ ਹੈਗੀਆਂ ਦੁੱਖ ਦਨਾਲੀ ਇਹ ਚੀਜ਼ਾਂ ਕਹਿੰਦਾ ਮੈਨੂੰ ਮੈਨੂੰ ਨਹੀਂ ਵਧੀਆ ਲੱਗਦੀਆਂ ਮੈਂ ਕਦੇ ਕਦੇ ਕਹਿੰਦਾ ਹੁੰਦਾ ਕਿ ਕਈ ਵਾਰ ਥੀਮ ਹੁੰਦਾ ਗਾਣੇ ਦਾ ਅਤੇ ਉਸ ਹਿਸਾਬ ਨਾਲ ਆਪਾਂ ਉਹ ਚੀਜ਼ ਵਿੱਚ ਪਾ ਲੈਂਦੇ ਹਾਂ ਹੈ ਨਾ ਤਾਂ ਉੱਥੇ ਸਾਡੀ ਕਦੇ ਨਾ ਕਦੇ ਜ਼ਰੂਰ ਹੋ ਜਾਂਦੀ ਹੈ ਸਾਡੀ ਉਹ ਕਹਿੰਦਾ ਕਿ ਪਾਉਣੀ ਆ ਮੈਂ ਉਹ ਕਹਿੰਦਾ ਨਹੀਂ ਪਾਉਣੀ ਮੈਂ ਕਹਿੰਦਾ ਮੈਂ ਨਾ ਪਾਲਾ ਹੈ ਨਾ ਇਹ ਚੀਜ਼ਾਂ ਸਾਡੇ 'ਚ ਕਦੇ ਕਦੇ ਗਾਣਿਆਂ ਦੇ ਪ੍ਰਤੀ ਲੈ ਕੇ ਗਾਣੇ 'ਚ ਕੋਈ ਲਾਈਨ ਰੱਖਣੀ ਆ ਕਿਹੜੀ ਨਹੀਂ ਰੱਖਣੀ ਉਹ ਕਹਿੰਦਾ ਆਹ ਰੱਖਣੀ ਆ ਮੈਂ ਕਹਿੰਦਾ ਕਿ ਆਹ ਰੱਖਣੀ ਆ ਸਾਡੇ 'ਚ ਕਦੇ ਕਦੇ ਚੱਲ ਪੈਂਦਾ ਇਹ ਠੀਕ ਹੈ ਠੀਕ ਹੈ ਅੱਛਾ ਭਾਜੀ ਹੁਣ ਇੱਕ ਪੋਲ ਨਾ ਤੁਸੀਂ ਆਪਣੀ ਖੋਲਣੀ ਹੈ ਉਹ ਪੋਲ ਪਤਾ ਕੀ ਆ ਲਾਸਟ ਵਾਰ ਤੁਹਾਡਾ ਦਿਲ ਕਦੋਂ ਟੁੱਟਾ ਸੀ ਅਤੇ ਕਿਉਂ ਟੁੱਟਿਆ ਸੀ ਦਿਲ ਮੇਰਾ ਸੰਗੀਤ ਦੇ ਮਾਮਲੇ 'ਚ ਜ਼ਿਆਦਾ ਟੁੱਟਿਆ ਸੀ ਹੁਣ ਤੁਸੀਂ ਪੁੱਛ ਰਹੇ ਹੋ ਕਿ ਉੱਧਰ ਨਾ ਉੱਧਰ ਉੱਧਰ ਤਾਂ ਮੈਨੂੰ ਲੱਗਿਆ ਹਜੇ ਇੱਡੀ ਨੌਬਤ ਨਹੀਂ ਆਈ ਦਿਲ ਵਾਲੀ ਅਤੇ ਬਟ ਜਦੋਂ ਤੁਸੀਂ ਕਰ ਰਹੇ ਸੀ ਆਸ ਦੀ ਗੱਲ ਹੈ ਨਾ ਕਈ ਕਈ ਵਾਰ ਤੁਹਾਨੂੰ ਗੀਤਾਂ ਤੋਂ ਬਹੁਤ ਵੱਡੀ ਆਸ ਹੁੰਦੀ ਆ ਯੈਸ ਬਿਲਕੁਲ ਹੈ ਨਾ ਤੁਸੀਂ ਕਹਿੰਦੇ ਹੋ ਕਿ ਮੈਂ ਇਸ 'ਤੇ ਬਹੁਤ ਹਾਰਡ ਵਰਕ ਕੀਤੀ ਹੈ ਇਹ ਚੀਜ਼ ਬਹੁਤ ਅੱਗੇ ਲੱਗ ਜਾਣੀ ਚਾਹੀਦੀ ਆ ਪਰ ਉਹ ਚੀਜ਼ ਨਹੀਂ ਜਾਂਦੀ ਤਾਂ ਉਦੋਂ ਮਨ ਬਹੁਤ ਉਦਾਸ ਹੋ ਜਾਂਦਾ ਕਈ ਕਈ ਵਾਰ ਕਈ ਕੁਛ ਕੁਛ ਗੀਤ ਵਿੱਚ ਇੱਦਾਂ ਦੇ ਆਏ ਸੀਗੇ ਮੈਨੂੰ ਉਹ ਚੀਜ਼ਾਂ ਦੀ ਬਹੁਤ ਨੀਡ ਸੀਗੀ ਉਦੋਂ ਉਹਦੀ ਪੁਸ਼ ਦੀ ਜੇ ਆਪਾਂ ਮਾਰਦੇ ਹਾਂ ਧੱਕੇ ਦੀ ਬਹੁਤ ਵੱਡੀ ਲੋੜ ਸੀਗੀ ਪਰ ਉਹ ਚੀਜ਼ਾਂ ਨਹੀਂ ਹੋਈਆਂ ਕਦੇ ਕਦੇ ਹੈ ਨਾ ਤਾਂ ਉਦੋਂ ਤੁਸੀਂ ਬਹੁਤ ਉਦਾਸ ਹੋ ਜਾਂਦੇ ਹੋ ਲਾਈਫ 'ਚ ਅਤੇ ਉਦੋਂ ਤੁਹਾਡਾ ਦਿਲ ਟੁੱਟ ਜਾਂਦਾ ਤਾਂ ਮੈਨੂੰ ਕਦੇ ਬ੍ਰੇਕਅਪ ਕਰਕੇ ਦਿਲ ਟੁੱਟਿਆ ਨਹੀਂ ਬ੍ਰੇਕਅਪ ਕਰਕੇ ਤਾਂ ਮੈਨੂੰ ਲੱਗਦਾ ਕਿ ਕਦੇ ਨੌਬਤ ਨਹੀਂ ਆਈ ਅਤੇ ਹਜੇ ਸਭ ਕੁਛ ਸਹੀ ਆ ਮਤਲਬ ਲੌਂਗ ਰਿਲੇਸ਼ਨ ਚੱਲ ਰਿਹਾ ਭਾਈ ਇੱਦਾਂ ਹੀ ਨਾ ਭਾਜੀ ਕੀ ਕਹਿ ਸਕਦੇ ਹੁਣ ਠੀਕ ਹੈ ਭਾਜੀ ਥੈਂਕ ਯੂ ਸੋ ਮੱਚ ਅਤੇ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਨਾ ਭਾਜੀ ਤੁਹਾਡਾ ਲੇਟੈਸਟ ਗਾਣਾ ਪਿੰਡਾਂ ਦੇ ਜਾਏ ਯੈਸ ਉਹਦੀਆਂ ਜਿਹੜੇ ਸਭ ਤੋਂ ਵੱਧ ਪਸੰਦ ਮੈਨੂੰ ਲਾਈਨਾਂ ਜੋ ਸਾਰਿਆਂ ਨੇ ਵੀ ਪਸੰਦ ਕੀਤੀਆਂ ਅਤੇ ਜਿਵੇਂ ਇਸ਼ਕਾਂ ਦੇ ਲਿਖੇ ਵਿੱਚ ਸੀਗੀਆਂ ਗੌਰੇ ਤੂੰ ਕਦ ਖੋਲੇਗਾ ਬੂਹਾ ਵਗੈਰਾ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਉਹਦੇ ਪਿੰਡਾਂ ਦੇ ਜਾਏ 'ਚ ਵੀ ਸਾਰਿਆਂ ਨੇ ਟਿਕਟੋਕ ਜਦੋਂ ਚੱਲਦੀ ਹੁੰਦੀ ਸੀਗੀ ਬੜੀ ਕਿਉਂਕਿ ਗਾਣਾ ਪਹਿਲਾਂ ਅਸੀਂ ਆਡੀਓ ਪਾਈ ਸੀਗੀ ਅਤੇ ਉਦੋਂ ਬੜੀ ਲੋਕਾਂ ਨੇ ਮੈਨੂੰ ਵੀਡੀਓਜ਼ ਭੇਜੀਆਂ ਅਤੇ ਉਹ ਲਾਈਨ ਇੰਨੀ ਕੁ ਪਸੰਦ ਕੀਤੀ ਗਈ ਅੱਛਾ ਮੈਂ ਤੁਹਾਨੂੰ ਟਿਕਟੋਕ ਬੰਦ ਹੋਣ ਦੇ ਨਾਲ ਪ੍ਰਮੋਸ਼ਨ 'ਤੇ ਕਿੰਨਾ ਕੁ ਫਰਕ ਪਿਆ ਉਹਦਾ ਨਹੀਂ ਪੈਂਦਾ ਤਾਂ ਹੈ ਫਰਕ ਕੁਛ ਗਾਣੇ ਕਿਉਂਕਿ ਕੁਛ ਲਾਈਨਾਂ ਹੁੰਦੀਆਂ ਹੈ ਨਾ ਕਿਉਂਕਿ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਉਹਦੀ ਟਿਕਟੋਕ ਬਣਦੀ ਆ ਉਹ ਚੀਜ਼ ਹੋਰ ਵਾਇਰਲ ਹੁੰਦੀ ਆ ਸਪੋਰਟ ਮਿਲਦੀ ਆ ਉਹ ਚੀਜ਼ ਦੀ ਕਿਤੇ ਨਾ ਕਿਤੇ ਪ੍ਰਮੋਸ਼ਨ 'ਚ ਜ਼ਰੂਰ ਸਪੋਰਟ ਮਿਲਦੀ ਆ ਅਤੇ ਹੁਣ ਤਾਂ ਫਿਰ ਸਾਰੇ ਨਾਲ ਹੀ ਆ ਜਦੋਂ ਬੰਦ ਹੋ ਗਈ ਤਾਂ ਮਤਲਬ ਟਿਕਟੋਕ ਬੈਨ ਹੋਣ ਦਾ ਸਾਰੇ ਸਿੰਗਰਸ ਨੂੰ ਕਾਫੀ ਇਫੈਕਟ ਪਿਆ ਕੀ ਸੱਜਣ ਨੂੰ ਪਬਜੀ ਬੈਨ ਹੋਣ ਦਾ ਇਫੈਕਟ ਪਿਆ ਹੋਗੀ ਬੈਨ ਹੋਰ ਬੰਦ ਹੋ ਗਈ ਹੋਰ ਕੀ ਓਕੇ ਅੱਛਾ ਮਤਲਬ ਨਹੀਂ ਪਿਆ ਨਹੀਂ ਖੇਡਦੇ ਨਹੀਂ ਮੈਂ ਨਹੀਂ ਖੇਡਦਾ ਪਬਜੀ ਨਹੀਂ ਖੇਡਦਾ ਸੀਗਾ ਅਤੇ ਮੈਂ ਸੁਣਿਆ ਸੀਗਾ ਨਿਊਜ਼ ਜ਼ਰੂਰ ਸੁਣੀ ਸੀਗੀ ਵੀ 2-3 ਦਿਨ ਤੱਕ ਬੰਦ ਹੋਣੀ ਸੀ ਉਦੋਂ ਅਤੇ ਹੁਣ ਬੰਦ ਹੋ ਗਈ ਬੰਦ ਹੋ ਗਈ ਓਕੇ ਅੱਛਾ ਭਾਜੀ ਆਂਦੋ ਗਾਣਾ ਪਿੰਡਾਂ ਦੇ ਜਾਏ ਯੈਸ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ ਕੁੜੇ ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਆਵਾਜ਼ ਕੁੜੇ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆ ਪਿੰਡਾਂ ਦੀ ਸਾਡੇ ਇੱਥੇ ਟੌਰ ਹੁੰਦੀ ਹੈ ਅੱਖਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੋਂ ਕਿਰਜੂ
किरदी जिवें रेत कुड़े आ जा एक बारी सानू नेड़े तो देख कुड़े आ जा एक बारी सानू नेड़े तो देख कुड़े। क्या बात है भाजी, क्या बात है। ओके भाजी, थैंक यू सो मच, तुसी अपना कीमती समा दिता ते साडे शो दे विच आए। थैंक यू जी, पंजाब प्लस टीवी का, बाकी रविंदर भाजी ते मालक भाजी का, ते थैंक यू सो मच सारा, सत श्री अकाल जी। थैंक यू सो मच भाजी।